ਇਹ ਆਪਣਾ ਪਰਿਵਾਰ ਹੈ। ਪਿੱਛੇ ਭੈਣ ਜੀ ਡਾਕਟਰ ਅਮਨਦੀਪ ਜੀ ਖੁਦ ਅਯੋਧਿਆ ਮੰਦਰ ਮੱਥਾ ਟੇਕਣ ਅਸੀਂ ਆਏ ਸੀ, ਔਰ ਅੱਜ ਮੈਂ ਪਰਿਵਾਰ ਦੇ ਵਿੱਚ ਆ ਕੇ ਅਯੋਧਿਆ ਦਾ ਪ੍ਰਸਾਦ ਔਰ ਭਗਵਾਨ ਰਾਮ ਜੀ ਦੀ ਜਿਹੜੀ ਹੈ ਫੋਟੋ ਇਹ ਡਾਕਟਰ ਸਾਹਿਬ ਨੂੰ ਔਰ ਪਰਿਵਾਰ ਨੂੰ ਭੇਂਟ ਕੀਤੀ ਹੈ, ਔਰ ਸਰਯੂ ਦਾ ਜਲ, ਕਿਉਂਕਿ ਡਾਕਟਰ ਸਾਹਿਬ ਦੀ ਬੜੀ ਸ਼ਰਧਾ ਹੈ ਭਾਰਤ ਦੀ ਵਿਰਾਸਤ ਦੇ ਨਾਲ, ਔਰ ਇਹ ਪਰਿਵਾਰ ਹਮੇਸ਼ਾ ਹੀ ਗੁਰੂ ਘਰ ਨੂੰ ਔਰ ਸਾਰੇ ਤੀਰਥਾਂ ਸੇ ਹਮੇਸ਼ਾ ਹੀ ਸਮਰਪਿਤ ਰਿਹਾ। ਅਤੇ ਮੈਂ ਇਹਨਾਂ ਦਾ ਪ੍ਰਸਾਦ ਪੈਂਡਿੰਗ ਸੀ ਅਤੇ ਮੈਨੂੰ ਹੁਕਮ ਹੋਇਆ ਭਗਵਾਨ ਦਾ ਕਿ ਵੀ ਜਾਓ ਉਸ ਪਰਿਵਾਰ 'ਚ, ਡਾਕਟਰ ਸਾਹਿਬ ਤੋਂ ਆਉਣਾ ਸੀ ਰਹਿ ਗਏ ਅਤੇ ਅੱਜ ਉਹਨਾਂ ਨੂੰ ਮੈਂ ਪ੍ਰਸਾਦ ਦੇਣਾ ਸੀ ਇੱਥੇ ਆਇਆ। ਸੋ ਆਮ ਗ੍ਰੇਟਫੁਲ ਜੀ, ਚੁੱਕ ਸਾਹਿਬ ਮੇਰੇ ਘਰ ਅੱਜ ਦਰਸ਼ਨ ਦਿੱਤੇ ਇਹਨਾਂ ਨੇ, ਸੋ ਮੇਰੀ ਔਰ ਮੇਰੀ ਫੈਮਿਲੀ ਸਾਰੇ ਬਹੁਤ ਖੁਸ਼ ਨੇ ਇਹਨਾਂ ਨੂੰ ਮਿਲ ਕੇ। ਐਂਡ ਆਈ ਵਿਸ਼ ਕਿ ਜਿਹੜੀ ਸਾਡੀ ਸੈਂਟਰ 'ਚ ਸਰਕਾਰ ਹੈ ਉਹ ਫਿਰ ਰਿਪੀਟ ਹੋਵੇ, ਔਰ ਮੈਂ ਇਹਨਾਂ ਨੂੰ ਦੋ ਚਾਰ ਬੇਨਤੀਆਂ ਵੀ ਕੀਤੀਆਂ ਕਿ ਮੇਰੇ ਸ਼ਹਿਰ ਨੂੰ ਕੀ ਜ਼ਰੂਰਤ ਹੈ, ਅਤੇ ਇਹਨਾਂ ਨੇ ਪ੍ਰੋਮਿਸ ਕੀਤਾ। ਬਾਕੀ ਇਹਨਾਂ ਦਾ ਆਪਣਾ ਸ਼ਹਿਰ ਹੈ, ਸੋ ਵੀ ਆਰ ਲੁਕਿੰਗ ਫੋਰਵਰਡ। ਥੈਂਕ ਯੂ। ਇਹ ਆਪਣਾ ਪਰਿਵਾਰ ਹੈ। ਪਿੱਛੇ ਭੈਣ ਜੀ ਡਾਕਟਰ ਅਮਨਦੀਪ ਜੀ ਖੁਦ ਅਯੋਧਿਆ ਮੰਦਰ ਮੱਥਾ ਟੇਕਣ ਅਸੀਂ ਆਏ ਸੀ, ਔਰ ਅੱਜ ਮੈਂ ਪਰਿਵਾਰ ਦੇ ਵਿੱਚ ਆ ਕੇ ਅਯੋਧਿਆ ਦਾ ਪ੍ਰਸਾਦ ਔਰ ਭਗਵਾਨ ਰਾਮ ਜੀ ਦੀ ਜਿਹੜੀ ਹੈ ਫੋਟੋ ਇਹ ਡਾਕਟਰ ਸਾਹਿਬ ਨੂੰ ਔਰ ਪਰਿਵਾਰ ਨੂੰ ਭੇਂਟ ਕੀਤੀ ਹੈ, ਔਰ ਸਰਯੂ ਦਾ ਜਲ, ਕਿਉਂਕਿ ਡਾਕਟਰ ਸਾਹਿਬ ਦੀ ਬੜੀ ਸ਼ਰਧਾ ਹੈ ਭਾਰਤ ਦੀ ਵਿਰਾਸਤ ਦੇ ਨਾਲ, ਔਰ ਇਹ ਪਰਿਵਾਰ ਹਮੇਸ਼ਾ ਹੀ ਗੁਰੂ ਘਰ ਨੂੰ ਔਰ ਸਾਰੇ ਤੀਰਥਾਂ ਸੇ ਹਮੇਸ਼ਾ ਹੀ ਸਮਰਪਿਤ ਰਿਹਾ। ਅਤੇ ਮੈਂ ਇਹਨਾਂ ਦਾ ਪ੍ਰਸਾਦ ਪੈਂਡਿੰਗ ਸੀ ਅਤੇ ਮੈਨੂੰ ਹੁਕਮ ਹੋਇਆ ਭਗਵਾਨ ਦਾ ਕਿ ਵੀ ਜਾਓ ਉਸ ਪਰਿਵਾਰ 'ਚ, ਡਾਕਟਰ ਸਾਹਿਬ ਤੋਂ ਆਉਣਾ ਸੀ ਰਹਿ ਗਏ ਅਤੇ ਅੱਜ ਉਹਨਾਂ ਨੂੰ ਮੈਂ ਪ੍ਰਸਾਦ ਦੇਣਾ ਸੀ ਇੱਥੇ ਆਇਆ। ਸੋ ਆਮ ਗ੍ਰੇਟਫੁਲ ਜੀ, ਚੁੱਕ ਸਾਹਿਬ ਮੇਰੇ ਘਰ ਅੱਜ ਦਰਸ਼ਨ ਦਿੱਤੇ ਇਹਨਾਂ ਨੇ, ਸੋ ਮੇਰੀ ਔਰ ਮੇਰੀ ਫੈਮਿਲੀ ਸਾਰੇ ਬਹੁਤ ਖੁਸ਼ ਨੇ ਇਹਨਾਂ ਨੂੰ ਮਿਲ ਕੇ। ਐਂਡ ਆਈ ਵਿਸ਼ ਕਿ ਜਿਹੜੀ ਸਾਡੀ ਸੈਂਟਰ 'ਚ ਸਰਕਾਰ ਹੈ ਉਹ ਫਿਰ ਰਿਪੀਟ ਹੋਵੇ, ਔਰ ਮੈਂ ਇਹਨਾਂ ਨੂੰ ਦੋ ਚਾਰ ਬੇਨਤੀਆਂ ਵੀ ਕੀਤੀਆਂ ਕਿ ਮੇਰੇ ਸ਼ਹਿਰ ਨੂੰ ਕੀ ਜ਼ਰੂਰਤ ਹੈ, ਅਤੇ ਇਹਨਾਂ ਨੇ ਪ੍ਰੋਮਿਸ ਕੀਤਾ। ਬਾਕੀ ਇਹਨਾਂ ਦਾ ਆਪਣਾ ਸ਼ਹਿਰ ਹੈ, ਸੋ ਵੀ ਆਰ ਲੁਕਿੰਗ ਫੋਰਵਰਡ। ਥੈਂਕ ਯੂ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।